मैं यादविंदर सिंह लाली पंजाब नाइन देख रहे दर्शको अज तुम देख रहे हो भी मतलब के किसाना जोश उन नहीं है पहला जिन जोश है इन्ना जोश नहीं कम हों क्योंकि मीह पै रहा है मीह पेंदे भी ये किसान धरने दे रहे हैं धरने लख ही बंदे आ रहे हैं किन्ने कट हो रहा है पर पिंड जो आ रहे हैं किसाना जोश मीह आवे नेरी आवे फिर भी कम नहीं हों आप पूछ रहे भी अगे की प्रोग्राम ने प्रधान जी पुछदे हाँ जी प्रधान सिंह है हाँ जी गोविंद सिंह चट्ठा जी साढ़े प्रोग्राम कई प्रोग्राम आ गए साढ़े नौजवान का प्रोग्राम है 21 तरीक नूं साढ़े असी ने सनाम की मंडी के दाणा मंडी के सारे पंजाब दे इकट्ठ है नौजवानों का तो नौजवान लड़कियों का जिहड़े बापू ने बेबियां ने उन्हां दा सारयां दा बहुत बड़ा इकट्ठ जिस तरह बरनाले होया ती जां अपने धनौले होया ती उस तरह का इकट्ठ करना सी सनाम जा रहे हां अगे होर की प्रोग्राम 26 तरीक का की प्रोग्राम है जी 15 तरीक नूं असीं SDM नूं मंग पत्र देने ने काले कानूनां दे खिलाफ ते उदू बाद 26 तरीक नूं भारत बंद है सारा भारत टोटल 26 तरीक नूं ते उस दे विच पिंडां दे विच भी दुकानां बंद होणगियां शहरां दे विच भी दुकानां बंद होणगियां आवाजाई ठप्प होगी सारी ते अज मीह पै रहा जी मीह दे पंच विच तुहाडे हौसले बुलंद ने जी इहदे बारे की कहणा इह तां इहदी कुदरत है बारिश बूरस दा सानूं कोई इहदे नाल सानूं कोई फर्क नहीं पैंदा जे चार कणियां लग जाणगियां भिज जाणगे साडा तां खेत भी इही कम है साडा तां उरे भी साडा तां रुजगार है खेती दे मारी फिरदे आ अज तां आपदा नुकसान दे मारे भी साडा नुकसान हो रहा है पर गौरमेंट है इन्नी बोली हुई हुई है इन्नी अन्नी हुई हुई है कि वो सुनदी नहीं कन्ना तेल पा के सुती है असी उन्हूं जगाउण वास्ते बहुत कोशिशां कर रहे हैं पर सरकार अजे तक टस तो मस नहीं हो रही ऊं पैरां हेठों सानूं भी पता है भी सरकार दे पल्ले कख नहीं जदों ਉਹ ਆਪਣੀਆਂ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਸਾਰੇ ਪਾਸੇ ਮਾਤ ਉਹ ਖਾ ਗਈ ਮਾਰ ਖਾ ਗਈ ਅਤੇ ਹੋਰ ਉਹ ਗਾਂ ਜਾ ਕੇ ਕੀ ਕਰੂਗੀ ਅਸੀਂ ਹੈਗੇ ਉਹ ਮੂਹਰੇ ਅਸੀਂ ਮੰਗ ਰਹੇ ਉਹਦੇ ਜਿੱਥੇ ਤੱਕ ਭੱਜਣਾ ਉਹਨੇ ਭੱਜੇ ਅਸੀਂ ਭੱਜਦਿਆਂ ਨੂੰ ਬਾਣ ਇੱਕੋ ਜਿਹੀ ਹੈ ਅਤੇ ਬਾਕੀ ਉੱਥੇ ਪੱਕੇ ਮਕਾਨ ਲਾਗੇ ਪਾਉਣ ਸੜਕਾਂ 'ਤੇ ਵੀ ਕੋਈ ਮਨਜ਼ੂਰੀ ਨਹੀਂ ਹੈਗੀ ਇਹਦੇ ਵਾਸਤੇ ਕੀ ਮਨਜ਼ੂਰੀਆਂ ਮਨਜ਼ਾਰੀਆਂ ਨੂੰ ਫਿਰ ਕੀ ਕਰੀਏ ਮਨਜ਼ੂਰੀ ਦੇਊ ਕੌਣ ਦੇਊ ਗੌਰਮੈਂਟ ਗੌਰਮੈਂਟ ਦਾ ਖੱਟ ਰਿਹਾ ਉਹ ਜਿਹੜਾ ਦੁਸ਼ੰਤ ਚਟਾਲਾ ਸੀ ਹਰਿਆਣੇ ਦਾ ਉਹ ਕਿਸਾਨਾਂ ਦੀ ਪਿੱਠੇ ਛੁਰਾ ਮਾਰ ਗਿਆ ਇਹ ਤਾਂ ਰਾਜਸੀ ਲੀਡਰ ਨੇ ਇਹਨਾਂ ਦਾ ਤਾਂ ਕਿੱਤਾ ਇਹ ਇਹਨਾਂ ਦਾ ਕਿੱਤਾ ਹੀ ਇਹ ਹੈ ਇਹਨਾਂ ਨੇ ਮਤਲਬ ਜਿਹੜੇ ਕਿਸਾਨੀ ਹੈ ਜਾਂ ਉਰੇ ਦੀ ਪਬਲਿਕ ਹੈ ਆਮ ਪਬਲਿਕ ਹੈ ਉਹ ਪਬਲਿਕ ਦੀ ਪਿੱਠੇ 'ਚ ਛੁਰਾ ਮਾਰਨਾ ਹੀ ਮਾਰਨਾ ਇਹਨਾਂ ਨੇ ਤਾਂ ਜਿਸ ਤਰ੍ਹਾਂ ਆਪਣੇ ਪੰਜਾਬ ਦੇ ਵਿੱਚ ਲੈਂਡ ਮਾਫੀ ਹੈ ਅਤੇ ਰੇਤ ਮਾਫੀ ਹੈ ਇਹਨੂੰ ਸਰਿਆਂ ਇਹਨੂੰ ਸਰਕਾਰ ਨੂੰ ਪਤਾ ਵੀ ਕਿਹੜੇ MLA ਦੇ ਹੱਥ ਹੈ ਕਿਹੜੇ ਸਾਬਕਾ MLA ਦਾ ਹੱਥ ਹੈ ਸਾਰਾ ਪਤਾ ਹੈ ਪਰ ਉਹਨਾਂ ਨੂੰ ਫੜੇ ਨਹੀਂ ਰਹੇ ਆਮ ਲੋਕਾਂ 'ਤੇ ਪਰਚੇ ਦਰਜ ਹੋ ਰਹੇ ਨੇ ਜੀਓ ਦਾ ਵਿਰੋਧ ਕਰਨਾ ਹੈ ਜੀਓ ਦੇ ਸਿੰਬ ਕਰ ਰਹੇ ਨੇ ਬਿਜਲੀ ਮਹਿਕਮੇ 'ਚ ਜੀਓ ਚੱਲ ਰਿਹਾ ਜੀ ਹੁਣ ਕੈਪਟਨ ਨੇ ਕਹਿ ਤਾ ਵੀ ਜੀਓ ਦੇ ਸਿੰਬੇ ਬਦਲੋ ਤੁਸੀਂ ਲਾਓ ਸਾਰੇ ਬਿਜਲੀ ਮਹਿਕਮੇ 'ਚ ਇਹਦੇ ਬਾਰੇ ਤੁਸੀਂ ਕਹਿਣਾ ਉਹ ਇਹ ਉਹ ਸਾਨੂੰ ਮਤਲਬ ਜਿਤਾਉਣਾ ਚਾਹੁੰਦਾ ਵੀ ਅਸੀਂ ਕਿਸਾਨਾਂ ਦੇ ਸਪੋਰਟਰ ਹਾਂ ਪਰ ਨਹੀਂ ਉਹ ਪਾਰਟੀ ਬੇਸ 'ਤੇ ਜ਼ਰੂਰ ਦਿਖਾਉਂਦੇ ਨੇ ਵੀ ਅਸੀਂ ਕਿਸਾਨਾਂ ਦੇ ਸਪੋਰਟਰ ਹਾਂ ਇਹ ਕੰਡੀ ਇਹਨਾਂ ਦੇ ਮਹਾਰਾਜੇ ਕੈਪਟਨ ਇਹਨਾਂ ਦੇ ਅਮਰਿੰਦਰ ਹੋਰਾਂ ਦੀ ਬੀਜੇ ਹੋਏ ਨੇ ਜਿਹੜੇ ਇਹ ਬਿੱਲ ਪਾਸ ਹੋਏ ਨਹੀਂ ਇਹ ਜੇ ਉਹਦੀ ਚੇਤਾਵਨੀਆਂ ਦਿੰਦੇ ਆਪੋ ਆਪਦੀ ਰਾਇਤ ਨੂੰ ਜਨਤਾ ਨੂੰ ਤਾਂ ਇਹ ਕਾਨੂੰਨ ਨਾ ਬਣਦੇ ਆਰਡੀਨੈਂਸ ਨਾ ਬਣਦੇ ਸਾਨੂੰ ਇੰਨੀ ਵੱਡੀ ਲੜਾਈ ਇਹਨਾਂ ਲੜਨੀ ਪੈਂਦੀ ਇਹ ਸਨ ਗੋਬਿੰਦ ਸਿੰਘ ਜੀ ਇਹਨਾਂ ਨੇ ਦੱਸਿਆ ਵੀ ਮਤਲਬ ਕਿ ਜੋ ਵੀ ਕੈਪਟਨ ਵੀ ਨਾਲ ਹੈ ਸਾਰੀਆਂ ਸਰਕਾਰਾਂ ਨਾਲ ਨੇ ਸਾਰੀਆਂ ਪਾਰਟੀਆਂ ਨਾਲ ਨੇ ਇਹਨਾਂ ਜੀਓ ਦੇ ਸਿੰਭ ਵਰਤ ਰਹੇ ਨੇ ਹੁਣ ਵੀ ਇਹਨੇ ਕਿਹਾ ਵੀ ਜੋ ਬਿਜਲੀ ਮਹਿਕਮੇ 'ਚ ਚੱਲ ਰਹੇ ਨੇ ਫੋਨ ਉਹਨਾਂ ਦੇ ਜੀਓ ਦੇ ਸਿੰਭ ਚਲਾਓ ਅਤੇ ਹੁਣ ਵੀ ਬਿਜਲੀ ਮਹਿਕਮੇ 'ਚ ਜੀਓ ਚੱਲ ਰਿਹਾ ਜੀਓ ਦਾ ਨੈੱਟ ਚੱਲ ਰਿਹਾ ਯਾਦਵਿੰਦਰ ਸਿੰਘ ਲਾਲੀ ਸੁਨਾਮ